ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਆਓ ਪਿਆਰੀ ਸਾਧ ਸੰਗਤ ਜੀ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਿਆਰੀ ਸਾਧ ਸੰਗਤ, ਅੰਮ੍ਰਿਤ ਵੇਲੇ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਵੇਂ ਅੰਮ੍ਰਿਤ ਵੇਲੇ ਦੇ ਚਮਤਕਾਰ ਨਾਲ ਸਾਡੇ 'ਤੇ ਕਿਰਪਾ ਹੋਈ। ਪਿਆਰੀ ਸਾਧ ਸੰਗਤ ਜੀ, ਜਲੰਧਰ ਸ਼ਹਿਰ ਦੇ ਨੇੜੇ ਦੇ ਪਿੰਡ ਵਿੱਚ ਇੱਕ ਬਹੁਤ ਹੀ ਮਸ਼ਹੂਰ ਅਤੇ ਚਲਾਕ ਚੋਰ ਰਹਿੰਦਾ ਸੀ। ਉਸ ਚੋਰ ਨੇ ਛੋਟੀ ਜਿਹੀ ਉਮਰ ਵਿੱਚ ਹੀ ਗੁਨਾਹਾਂ ਦੀ ਦੁਨੀਆ ਵਿੱਚ ਆਪਣਾ ਨਾਮ ਕਮਾ ਲਿਆ ਸੀ। ਲੋਕ ਉਸਨੂੰ ਚੋਰਾਂ ਦਾ ਸ਼ਹਿਨਸ਼ਾਹ ਕਹਿੰਦੇ ਸੀ। ਪੁਲਿਸ ਨੇ ਵੀ ਉਸਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਉਹ ਫੜਿਆ ਨਹੀਂ ਸੀ ਗਿਆ। ਪੁਲਿਸ ਨੇ ਉਸਨੂੰ ਫੜਨ ਲਈ ਇਨਾਮ ਵੀ ਰੱਖਿਆ ਪਰ ਉਹ ਫਿਰ ਵੀ ਨਹੀਂ ਫੜਿਆ ਗਿਆ। ਉਹ ਬਹੁਤ ਹੀ ਸ਼ਾਤਿਰ ਅਤੇ ਚਲਾਕ ਚੋਰ ਸੀ। ਉਹ ਚੋਰ ਕਾਲੀ ਅਤੇ ਹਨੇਰੀ ਰਾਤ ਵਿੱਚ, ਜਦੋਂ ਸਾਰੀ ਦੁਨੀਆ ਗਹਿਰੀ ਨੀਂਦ ਵਿੱਚ ਸੌ ਜਾਂਦੀ ਸੀ, ਉਦੋਂ ਚੋਰੀ ਕਰਦਾ ਸੀ। ਪਰ ਸੰਗਤ ਜੀ, ਉਹ ਤਾਂ ਤੁਸੀਂ ਸੁਣਿਆ ਹੋਏਗਾ ਕਿ ਸੌ ਸੁਨਾਰ ਦੀ ਅਤੇ ਇੱਕ ਲੁਹਾਰ ਦੀ। ਇੱਕ ਦਿਨ ਉਹ ਚੋਰ ਕਿਸੇ ਗੁਰਮੁਖ ਦੇ ਘਰ ਵਿੱਚ ਚੋਰੀ ਕਰਨ ਚਲਿਆ ਗਿਆ। ਉਸ ਗੁਰਮੁਖ ਪਰਿਵਾਰ ਵਿੱਚ ਸਾਰੇ ਜਣੇ ਵਾਹਿਗੁਰੂ ਦਾ ਸਿਮਰਨ ਕਰਨ ਲਈ, ਕੀਰਤਨ ਕਰਨ ਲਈ ਜਾਗ ਰਹੇ ਸਨ। ਉਸ ਪਰਿਵਾਰ ਨੇ ਉਸ ਚੋਰ ਨੂੰ ਚੋਰੀ ਕਰਦਿਆਂ ਰੰਗੀ ਹੱਥੀ ਫੜ ਲਿਆ। ਉਸ ਨੂੰ ਬਹੁਤ ਕੁੱਟਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ। ਉਸ ਗੁਰਮੁਖ ਪਰਿਵਾਰ ਨੇ ਉਸ ਚੋਰ ਨੂੰ ਬੜਾ ਸਮਝਾਇਆ ਕਿ ਉਹ ਚੋਰੀ ਕਰਨੀ ਛੱਡ ਦੇਵੇ ਪਰ ਉਹ ਨਾ ਸਮਝਿਆ ਅਤੇ ਕਹਿਣ ਲੱਗਾ ਕਿ ਚੋਰੀ ਕਰਨਾ ਤਾਂ ਮੇਰਾ ਧੰਦਾ ਹੈ, ਮੈਂ ਇਸ ਨੂੰ ਨਹੀਂ ਛੱਡ ਸਕਦਾ, ਪਰ ਮੈਂ ਇੱਕ ਗੱਲ ਦੀ ਕਸਮ ਖਾਨਾ ਕਿ ਮੈਂ ਕਦੇ ਕਿਸੇ ਗੁਰਮੁਖ ਦੇ ਘਰ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਨਾਮ ਜਪਦੇ ਨੇ, ਮੈਂ ਉਹਨਾਂ ਗੁਰਮੁਖਾਂ ਦੇ ਘਰ ਵਿੱਚ ਚੋਰੀ ਨਹੀਂ ਕਰਾਂਗਾ ਜਿੱਥੇ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਏਗਾ, ਜਿੱਥੇ ਉਸ ਸੱਚੇ ਪਾਤਸ਼ਾਹ ਦਾ ਨਾਮ ਲਿਆ ਜਾਏਗਾ, ਮੈਂ ਉੱਥੇ ਆਪਣੇ ਪਾਪੀ ਚਰਨ ਕਦੇ ਨਹੀਂ ਪਾਵਾਂਗਾ। ਸੋ ਸੰਗਤ ਜੀ, ਸਾਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜ਼ਰੂਰ ਲੈਣਾ ਚਾਹੀਦਾ। ਉਸ ਵਾਹਿਗੁਰੂ ਨੇ ਹੀ ਸਾਡੇ 'ਤੇ ਕਿਰਪਾ ਕਰਨੀ ਹੈ, ਉਸਨੇ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਅਤੇ ਸਾਰੀ ਸ੍ਰਿਸ਼ਟੀ ਦੀ ਫਿਕਰ ਉਸਨੂੰ ਹੀ ਹੈ। ਆਪਾਂ ਤਾਂ ਬਸ ਉਸਦੇ ਲੜ ਲੱਗਣਾ, ਉਸਦੇ ਨਾਮ ਨਾਲ ਜੁੜ ਕੇ ਰਹਿਣਾ। ਅੰਮ੍ਰਿਤ ਵੇਲੇ ਉੱਠਿਆ ਕਰੋ, ਬਾਣੀ ਪੜ੍ਹ ਕੇ ਦਿਨ ਦੀ ਸ਼ੁਰੂਆਤ ਕਰਿਆ ਕਰੋ। ਸੱਚ ਜਾਣਿਓ, ਸਾਰਾ ਦਿਨ ਸੁਖਾਲਾ ਲੰਘੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।